ਜਿਸ ਬੱਚੇ 'ਤੇ ਆਈ ਸ਼ਬਦ ਆ ਜਾਵੇ ਉਹ ਪੁੱਗ ਜਾਂਦਾ ਹੈ ਅਤੇ ਫਿਰ ਤੋਂ ਇਹ ਗੀਤ ਦੁਹਰਾਇਆ ਜਾਂਦਾ ਹੈ। ਇਹ ਉਦੋਂ ਤੱਕ ਹੁੰਦਾ ਰਹਿੰਦਾ ਹੈ ਜਦੋਂ ਤੱਕ ਇਕੱਲਾ ਬੱਚਾ ਨਾ ਰਹਿ ਜਾਵੇ। ਜਿਹੜਾ ਅਸੀਂ ਗੀਤ ਪਿੱਛੇ ਪੜ੍ਹਿਆ ਸੀ ਉਸ ਵਿੱਚ ਲਾਸਟ ਸ਼ਬਦ ਕੀ ਆਇਆ ਸੀ, ਆਈ, ਬਾਬੋ ਦੌੜੀ ਦੌੜੀ ਆਈ। ਜਿਸ ਬੱਚੇ 'ਤੇ ਆਈ ਸ਼ਬਦ ਆ ਜਾਵੇ ਉਹ ਪੁੱਗ ਜਾਂਦਾ ਹੈ, ਉਹ ਬੱਚਾ ਪੁੱਗ ਗਿਆ। ਉਸ ਤੋਂ ਬਾਅਦ ਕੀ ਦੁਬਾਰਾ ਫਿਰ ਇਹ ਗੀਤ ਗਾਇਆ ਜਾਂਦਾ ਹੈ। ਇਹ ਗੀਤ ਉਦੋਂ ਤੱਕ ਗਾਇਆ ਜਾਂਦਾ ਹੈ ਜਦੋਂ ਤੱਕ ਇਕੱਲਾ ਬੱਚਾ ਨਾ ਰਹਿ ਜਾਵੇ। ਆਖਿਰ ਵਿੱਚ ਰਹਿਣ ਵਾਲੇ ਬੱਚੇ ਨੂੰ ਦਾਈ ਦੇਣੀ ਪੈਂਦੀ ਹੈ। ਜਦੋਂ ਸਾਰੇ ਬੱਚੇ ਪੁੱਗ ਜਾਂਦੇ ਹਨ ਅਤੇ ਅਖੀਰ ਵਿੱਚ ਇੱਕ ਬੱਚਾ ਰਹਿ ਜਾਂਦਾ ਹੈ ਤਾਂ ਉਹ ਬੱਚੇ ਨੂੰ ਕੀ ਹੈ, ਦਾਈ ਦੇਣੀ ਪੈਂਦੀ ਹੈ। ਬਾਕੀ ਸਾਰੇ ਬੱਚੇ ਆਪਣੀਆਂ ਆਪਣੀਆਂ ਥਾਵਾਂ 'ਤੇ ਲੁਕ ਜਾਂਦੇ ਹਨ, ਜਿਨ੍ਹਾਂ ਨੂੰ ਦਾਈ ਦੇਣ ਵਾਲਾ ਬੱਚਾ ਇੱਕ ਇੱਕ ਕਰਕੇ ਲੱਭਦਾ ਹੈ। ਬਾਕੀ ਬੱਚੇ ਕੀ ਆਪਣੇ ਆਪਣੇ ਜਗ੍ਹਾ 'ਤੇ ਜਾ ਕੇ ਲੁਕ ਜਾਂਦੇ ਹਨ। ਲੁਕਣ ਮੀਚੀ ਖੇਡ ਵਿੱਚ ਕੀ ਹੁੰਦਾ ਹੈ, ਪੁੱਗ ਜਾਣ ਤੋਂ ਬਾਅਦ ਜੋ ਬੱਚਾ ਅਖੀਰ ਵਿੱਚ ਰਹਿ ਜਾਂਦਾ ਹੈ ਉਹ ਦਾਈ ਦਿੰਦਾ ਹੈ ਅਤੇ ਬਾਕੀ ਬੱਚੇ ਕੀ ਆਪਣੇ ਆਪਣੇ ਜਗ੍ਹਾ 'ਤੇ ਜਾ ਕੇ ਲੁਕ ਜਾਂਦੇ ਹਨ। ਅਤੇ ਜੋ ਬੱਚਾ ਦਾਈ ਦੇ ਰਿਹਾ ਹੁੰਦਾ ਹੈ ਉਹ ਬੱਚਾ ਇੱਕ ਇੱਕ ਕਰਕੇ ਸਾਰੇ ਬੱਚਿਆਂ ਨੂੰ ਲੱਭਦਾ ਹੈ। ਉਸਦਾ ਇਸ ਗੱਲ ਵੱਲ ਵੀ ਧਿਆਨ ਰਹਿੰਦਾ ਹੈ ਕਿ ਕੋਈ ਉਸਨੂੰ ਪਿੱਛੋਂ ਆ ਕੇ ਠੱਪਾ ਨਾ ਕਹਿ ਦੇਵੇ, ਨਹੀਂ ਤਾਂ ਉਸਨੂੰ ਮੁੜ ਤੋਂ ਦਾਈ ਦੇਣੀ ਪੈਂਦੀ ਹੈ। ਜੋ ਬੱਚਾ ਦਾਈ ਦੇ ਰਿਹਾ ਹੁੰਦਾ ਹੈ ਉਹ ਇੱਕ ਤਾਂ ਬੱਚਿਆਂ ਨੂੰ, ਲੁਕੇ ਹੋਏ ਜੋ ਬੱਚੇ ਹੁੰਦੇ ਹਨ ਉਹਨਾਂ ਨੂੰ ਲੱਭਦਾ ਹੈ, ਦੂਸਰਾ ਉਹ ਇਸ ਗੱਲ ਦਾ ਵੀ ਧਿਆਨ ਰੱਖਦਾ ਹੈ ਕਿ ਕੋਈ ਬੱਚਾ ਉਸਨੂੰ ਪਿੱਛੋਂ ਆ ਕੇ, ਜੋ ਬੱਚੇ ਛੁਪੇ ਹੋਏ ਹਨ ਉਹ ਪਿੱਛੋਂ ਆ ਕੇ ਉਸਨੂੰ ਠੱਪਾ ਨਾ ਕਹਿ ਦੇਵੇ। ਜੇਕਰ ਛੁਪੇ ਹੋਏ ਬੱਚਿਆਂ ਵਿੱਚੋਂ ਕੋਈ ਬੱਚਾ ਪਿੱਛੋਂ ਆ ਕੇ ਦਾਈ ਦੇਣ ਵਾਲੇ ਬੱਚੇ ਨੂੰ ਠੱਪਾ ਕਹਿ ਦਿੰਦਾ ਹੈ ਤਾਂ ਦਾਈ ਦੇਣ ਵਾਲੇ ਬੱਚੇ ਨੂੰ ਮੁੜ ਤੋਂ ਦਾਈ ਦੇਣੀ ਪੈਂਦੀ ਹੈ। ਜੇ ਉਹ ਸਾਰਿਆਂ ਨੂੰ ਲੱਭ ਲਵੇ ਤਾਂ ਜਿਸ ਬੱਚੇ ਨੂੰ ਉਸਨੇ ਸਭ ਤੋਂ ਪਹਿਲਾਂ ਲੱਭਿਆ ਸੀ ਦਾਈ ਉਸਦੇ ਸਿਰ ਆ ਜਾਂਦੀ ਹੈ। ਦਾਈ ਦੇਣ ਵਾਲਾ ਬੱਚਾ ਆਪਣੀਆਂ ਅੱਖਾਂ ਅੱਗੇ ਹੱਥ ਰੱਖ ਲੈਂਦਾ ਹੈ ਅਤੇ ਗਾਉਂਦਾ ਹੈ, ਲੁਕ ਛੁਪ ਜਾਣਾ ਮਕਈ ਦਾ ਦਾਣਾ, ਆਵਾਂ ਕਿ ਨਾ ਆਵਾਂ, ਮਕਈ ਮੀਨਸ ਮੱਕੀ। ਜੇਕਰ ਦਾਈ ਦੇਣ ਵਾਲੇ ਬੱਚੇ ਨੂੰ ਕੋਈ ਪਿੱਛੋਂ ਠੱਪਾ ਵਰਡ, ਠੱਪਾ ਸ਼ਬਦ ਨਹੀਂ ਕਹਿੰਦਾ ਤਾਂ ਕੀ ਹੈ, ਜਿਹੜਾ ਬੱਚੇ ਨੂੰ ਉਸਨੇ ਸਭ ਤੋਂ ਪਹਿਲਾਂ ਲੱਭਿਆ ਹੁੰਦਾ ਹੈ ਦਾਈ ਉਸ ਬੱਚੇ ਦੇ ਸਿਰ ਆ ਜਾਂਦੀ ਹੈ, ਅਤੇ ਜੋ ਬੱਚਾ ਦਾਈ ਦਿੰਦਾ ਹੈ ਉਹ ਆਪਣੀਆਂ ਅੱਖਾਂ ਅੱਗੇ ਹੱਥ ਰੱਖ ਲੈਂਦਾ ਹੈ ਅਤੇ ਫਿਰ ਉਹ ਕੀ ਹੈ, ਇਹ ਗੀਤ ਗਾਉਂਦਾ ਹੈ, ਲੁਕ ਛੁਪ ਜਾਣਾ ਮਕਈ ਦਾ ਦਾਣਾ, ਆਵਾਂ ਕਿ ਨਾ ਆਵਾਂ। ਸਾਰੇ ਬੱਚੇ ਉਦੋਂ ਤੱਕ ਨਾ ਨਾ ਕਰਦੇ ਰਹਿੰਦੇ ਹਨ ਜਦ ਤੱਕ ਆਪਣੀ ਮਨਪਸੰਦ ਜਗ੍ਹਾ 'ਤੇ ਲੁਕ ਨਹੀਂ ਜਾਂਦੇ। ਜਦ ਸਾਰੇ ਲੁਕ ਜਾਣ ਤਾਂ ਆਖ ਦਿੰਦੇ ਹਨ ਆ ਜਾ, ਅਤੇ ਫਿਰ ਦੁੱਬ ਕੇ ਬੈਠ ਜਾਂਦੇ ਹਨ। ਫਿਰ ਦਾਈ ਦੇਣ ਵਾਲਾ ਸਾਰਿਆਂ ਨੂੰ ਲੱਭਣ ਲੱਗ ਜਾਂਦਾ ਹੈ। ਦੇਖੋ ਬੱਚੋ, ਇਸ ਤਸਵੀਰ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਦਾਈ ਦੇਣ ਵਾਲੇ ਬੱਚੇ ਨੇ ਕੀ ਆਪਣੀਆਂ ਅੱਖਾਂ ਉੱਪਰ ਹੱਥ ਰੱਖੇ ਹੋਏ ਹਨ ਅਤੇ ਬਾਕੀ ਬੱਚੇ ਕੀ ਆਪਣੀਆਂ ਮਨਪਸੰਦ ਜਗ੍ਹਾ ਉੱਪਰ ਛੁਪ ਗਏ ਹਨ। ਸਾਰੇ ਬੱਚੇ ਉਦੋਂ ਤੱਕ ਨਾ ਨਾ ਕਰਦੇ ਰਹਿੰਦੇ ਹਨ ਜਦੋਂ ਤੱਕ ਉਹ ਆਪਣੀਆਂ ਮਨਪਸੰਦ ਜਗ੍ਹਾ ਉੱਪਰ ਜਾ ਕੇ ਲੁਕ ਨਹੀਂ ਜਾਂਦੇ। ਜਦੋਂ ਸਾਰੇ ਬੱਚੇ ਆਪਣੀਆਂ ਮਨਪਸੰਦ ਜਗ੍ਹਾ 'ਤੇ ਜਾ ਕੇ ਲੁਕ ਜਾਂਦੇ ਹਨ ਤਾਂ ਉਹ ਕੀ ਹੈ, ਦਾਈ ਦੇਣ ਵਾਲੇ ਬੱਚੇ ਨੂੰ ਕੀ ਕਹਿੰਦੇ ਹਨ, ਆ ਜਾ, ਅਤੇ ਫਿਰ ਲੁਕ ਕੇ ਬੈਠ ਜਾਂਦੇ ਹਨ ਅਤੇ ਕੀ ਹੈ, ਦਾਈ ਦੇਣ ਵਾਲਾ ਬੱਚਾ ਕੀ ਸਾਰਿਆਂ ਨੂੰ ਜਾ ਕੇ ਲੱਭਣ ਲੱਗ ਜਾਂਦਾ ਹੈ। ਇਸ ਖੇਡ ਨਾਲ ਜਿੱਥੇ ਬੱਚਿਆਂ ਦੀ ਭੱਜ ਭੱਜ ਕੇ ਸਰੀਰਕ ਕਸਰਤ ਹੁੰਦੀ ਹੈ ਉੱਥੇ ਬੱਚੇ ਚੌਕੰਨਾ ਰਹਿਣਾ, ਚੌਕੰਨਾ ਮੀਨਸ ਸਾਵਧਾਨ, ਲੁਕਣਾ ਲੱਭਣਾ ਆਦਿ ਕਿਰਿਆਵਾਂ, ਕਿਰਿਆਵਾਂ ਮੀਨਸ ਕਾਰਜ ਵੀ ਸਹਿਜੇ ਹੀ ਸਿੱਖ ਜਾਂਦੇ ਹਨ। ਇਸ ਖੇਡ ਨਾਲ ਲੁਕਣ ਛਿੱਪੀ, ਲੁਕਣ ਮੀਚੀ ਦੀ ਖੇਡ ਖੇਡਣ ਨਾਲ ਬੱਚੇ ਜਿੱਥੇ ਭੱਜਦੇ ਹਨ ਅਤੇ ਭੱਜ ਭੱਜ ਕੇ ਉਹਨਾਂ ਦੀ ਸਰੀਰਕ ਕਸਰਤ ਹੁੰਦੀ ਹੈ ਉੱਥੇ ਕੀ ਹੈ, ਬੱਚੇ ਸਾਵਧਾਨ ਰਹਿਣਾ। ਸਾਵਧਾਨ ਕਿਸ ਤਰ੍ਹਾਂ ਬੱਚੇ ਰਹਿੰਦੇ ਹਨ, ਦਾਈ ਦੇਣ ਵਾਲਾ ਬੱਚਾ ਸਾਵਧਾਨ ਰਹਿੰਦਾ ਹੈ ਕਿ ਕੋਈ ਬੱਚਾ ਉਸਨੂੰ ਪਿੱਛੋਂ ਆ ਕੇ ਠੱਪਾ ਨਾ ਕਹਿ ਦੇਵੇ, ਨਹੀਂ ਤਾਂ ਉਸਨੂੰ ਕੀ ਹੈ, ਮੁੜ ਦਾਈ ਦੇਣੀ ਪਵੇਗੀ। ਅਤੇ ਛੁਪਣ ਵਾਲੇ ਬੱਚੇ ਕੀ ਹੈ, ਇਸ ਲਈ ਸਾਵਧਾਨ ਰਹਿੰਦੇ ਹਨ ਤਾਂ ਜੋ ਉਹ ਦਾਈ ਦੇਣ ਵਾਲੇ ਬੱਚੇ ਨੂੰ ਪਿੱਛੋਂ ਜਾ ਕੇ ਠੱਪਾ ਕਹਿ ਦੇਣ।
ਇਸ ਤਰ੍ਹਾਂ ਬੱਚੇ ਆਪਣੀ ਮਨਪਸੰਦ ਜਗ੍ਹਾ 'ਤੇ ਲੁਕਣਾ, ਲੱਭਣਾ ਆਦਿ ਕੰਮ ਕੀ ਹੈ, ਕਾਰਜ ਕੀ ਹੈ, ਜੋ ਸਹਿਜ ਹੀ ਸਿੱਖ ਜਾਂਦੇ ਹਨ। ਸਾਨੂੰ ਇਸ ਖੇਡ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ। ਸੁਰਜੀਤ ਮੀਨਸ ਦੁਬਾਰਾ ਚਾਲੂ ਕਰਨਾ ਚਾਹੀਦਾ ਹੈ। ਅੱਜ ਦਾ ਯੁੱਗ ਕੀ ਹੈ, ਮਸ਼ੀਨੀ ਯੁੱਗ ਹੈ। ਇਸ ਯੁੱਗ ਵਿੱਚ ਕੀ ਹੈ, ਖੇਡ ਅਲੋਪ ਹੋ ਗਈ ਹੈ। ਬੱਚੇ ਇਹਨਾਂ ਖੇਡਾਂ ਨੂੰ ਖੇਡਣ ਨਾਲ ਜ਼ਿਆਦਾ ਮੋਬਾਈਲਸ ਉੱਪਰ ਖੇਡਾਂ ਖੇਡਣੀਆਂ ਪਸੰਦ ਕਰਦੇ ਹਨ, ਪਰ ਇਹ ਕੀ ਹੈ, ਬਹੁਤ ਹੀ ਵਧੀਆ, ਬਹੁਤ ਹੀ ਹਰਮਨ ਪਿਆਰੀ ਖੇਡ ਰਹੀ ਹੈ। ਇਹ ਖੇਡ ਕੀ ਹੈ, ਬੱਚਿਆਂ ਦੀ ਸਰੀਰਕ ਕਸਰਤ ਵੀ ਕਰਦੀ ਹੈ ਅਤੇ ਬੱਚੇ ਹੋਰ ਕਿਰਿਆਵਾਂ ਵੀ ਸਹਿਜ ਹੀ ਇਸ ਖੇਡ ਨੂੰ ਖੇਡਦੇ ਹੋਏ ਸਿੱਖ ਜਾਂਦੇ ਹਨ। ਇਸ ਲਈ ਸਾਨੂੰ ਇਸ ਖੇਡ ਨੂੰ ਦੁਬਾਰਾ ਤੋਂ ਚਾਲੂ ਕਰਨਾ ਚਾਹੀਦਾ ਹੈ। ਥੈਂਕਸ। ਬੱਚੇ, ਤੁਸੀਂ ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਕੀ ਸਿੱਖਿਆ ਹੈ? ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਖੇਡਾਂ ਕੀ ਹੈ, ਸਾਡੀ ਸਰੀਰਕ ਕਸਰਤ ਕਰਦੀਆਂ ਹਨ ਅਤੇ ਸਰੀਰਕ ਕਸਰਤ ਕਰਨ ਦੇ ਨਾਲ ਨਾਲ ਕੁਝ ਹੋਰ ਕਿਰਿਆਵਾਂ ਵੀ ਹਨ ਜੋ ਅਸੀਂ ਇਸ ਪਾਠ ਵਿੱਚੋਂ ਇਹ ਸਿੱਖਿਆ ਹੈ ਕਿ ਅਸੀਂ ਹੋਰ ਕਿਰਿਆਵਾਂ ਖੇਡਾਂ ਦੇ ਨਾਲ ਨਾਲ ਸਹਿਜ ਹੀ ਸਿੱਖ ਜਾਂਦੇ ਹਨ। ਇਸੇ ਤਰ੍ਹਾਂ ਹੋਰ ਕੀ ਹੈ, ਜਦੋਂ ਅਸੀਂ ਕੁਝ ਖੇਡਾਂ ਖੁੱਲ੍ਹੇ ਮੈਦਾਨਾਂ ਵਿੱਚ, ਖੁੱਲ੍ਹੀਆਂ ਜਗ੍ਹਾ ਉੱਪਰ ਖੇਡਦੇ ਹਾਂ ਤਾਂ ਕੀ ਹੈ, ਅਸੀਂ ਬੱਚਿਆਂ ਨਾਲ ਇੱਕ ਗਰੁੱਪ ਵਿੱਚ, ਟੀਮ ਵਿੱਚ ਖੇਡਣਾ ਵੀ ਸਿੱਖ ਜਾਂਦੇ ਹਨ। ਇਸੇ ਤਰ੍ਹਾਂ ਕੁਝ ਖੇਡਾਂ ਹਨ ਜੋ ਸਾਡੀਆਂ ਪੁਰਾਤਨ ਖੇਡਾਂ ਹਨ, ਇਹ ਵੀ ਸਾਡੇ ਜੀਵਨ ਦਾ ਹੀ ਇੱਕ ਹਿੱਸਾ ਹਨ ਅਤੇ ਸਾਨੂੰ ਇਹਨਾਂ ਖੇਡਾਂ ਨੂੰ ਦੁਬਾਰਾ ਤੋਂ ਚਾਲੂ ਕਰਨਾ ਚਾਹੀਦਾ ਹੈ।